हर एक बंदे नूं एक नशा चाहिदा जी। किसे सत्थ दा ला लो, किसे ताश दा ला लो, किसे नूं लीडरी दा ला लो। ये नशी है जी। फिर असीं क्यों ना जी उहदे बच्चिआं नूं ग्राउंड वल जोड़ दईए। पहली स्कूल तां तुहाडे पिंड च वी होणगे, ग्राउंड तां तुहाडे पिंड च वी होणगे, पर इस पिंड दे रिटायर्ड फौजी भरा ने भरा वालों रल मिल के एक टीम गठित की गई ते मंडी कलां दे ग्राउंड दे विच अज छोटे छोटे बच्चे उन्हां दा बचपन ते उन्हां दी जवानी अज ग्राउंड दे विच सुपने सिरज रही है। पहला मैं कबड्डी खेडिया जी 2003 तिकर जी। उदों आ खेती करी है जी। खेती तो बाद जी हुण इन्हां नाल आपां तकरीबन 3 साल हो गई सानू हार्ड वर्क अकैडमी जिहड़ी सी चलाई आ बाई जी ने जी। मैं आर्मी दे विचों रिटायर हां जी। हुण मैं एज एथलेटिक कोच अपने गर्ल स्कूल ते बॉय स्कूल दोनों विच हां जी। ते साम नूं आपां अकैडमी दे विच बच्चों की तैयारी कराउंदे हां। ਤੇ ਨਾ ਹੀ ਨਸ਼ਾ ਅੱਜ ਤਾਈਂ ਕੀਤਾ ਜੀ। ਮੇਰੀ ਘੱਟੋ ਘੱਟ 48 ਸਾਲ ਦੀ ਉਮਰ ਹੋ ਗਈ ਜੀ, ਅੱਜ ਤਾਈਂ ਬੀੜੀ ਮੀਟ ਅੰਡਾ ਸ਼ਰਾਬ ਜੀ ਟੱਚ ਨਹੀਂ ਕੀਤਾ। ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਇਸ ਗਰਾਊਂਡ 'ਚ ਇਕੱਠੇ ਆ ਰਹੇ ਨੇ, ਬਹੁਤ ਵੱਡੀ ਗੱਲ ਹੈ ਇਹ ਕਿ ਤੁਹਾਡਾ ਪਿੰਡ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਤੁਸੀਂ ਇੱਕ ਅਜਿਹਾ ਮਾਹੌਲ ਸਿਰਜਤਾ ਵੀ ਜਿੱਥੇ ਮੁੰਡੇ ਕੁੜੀਆਂ ਇਕੱਠੇ ਗਰਾਊਂਡ 'ਚ ਤਿਆਰੀ ਕਰਦੇ ਨੇ। ਇਹ ਜੀ ਪਿੰਡ ਦਾ ਵੀ ਸਹਿਯੋਗ ਹੈ ਜੀ, ਬੱਚਿਆਂ ਦਾ ਵੀ ਸਾਡਾ ਸਹਿਯੋਗ ਹੈ ਜੀ, ਜਿਹੜੇ ਰਲ ਮਿਲ ਕੇ ਖੇਡਦੇ ਆ ਜੀ। ਕੋਈ ਕਿਤੇ ਇਹਨਾਂ ਨੇ ਹਰਕਤ ਨਹੀਂ ਕੀਤੀ ਜੀ, ਕਿ ਮੌਕੇ ਨਹੀਂ ਮਿਲਿਆ ਜੀ ਇਹ ਚੀਜ਼ਾਂ ਦਾ ਜੀ ਸਾਨੂੰ। ਇਹ ਅਸੀਂ ਆਪਣੇ ਕੁਛ ਦਸਵੰਧ ਦੇ ਵਿੱਚੋਂ, ਕਿਉਂਕਿ ਮੈਂ ਵੀ ਰਿਟਾਇਰ ਹਾਂ ਜੀ, ਮੇਰੀ ਵੀ ਪੈਨਸ਼ਨ ਆਉਂਦੀ ਆ, ਬਾਈ ਪੰਜਾਬ ਪੁਲਿਸ ਦੇ ਵਿੱਚੋਂ ਨੇ, ਉਹ ਵੀ ਕੁਛ ਆਪਣਾ ਦਸਵੰਧ ਕੱਢ ਕੇ ਬਾਈ ਗੁਰਸੇਵ ਕਰਮਾਣਾ ਜੀ ਅਤੇ ਬਾਈ ਬਲਵੀਰ ਸਰਾਂ ਜੀ ਅਤੇ ਨਾਲ ਸਾਡੇ ਆਪਣਾ ਸੁਖਪਾਲ ਸਿੰਘ ਗੋਰਾ ਜੀ, ਅਸੀਂ 5 ਜਣੇ ਹਾਂ ਜੀ ਅਤੇ ਇੱਕ ਬਲਜਿੰਦਰ ਖਾਨ ਜੀ। ਅਸੀਂ ਆਪਣੇ ਕੁਛ ਦਸਵੰਧ ਕੱਢ ਕੇ ਜੀ ਉਹਨਾਂ ਵਿੱਚੋਂ ਬੱਚਿਆਂ ਦਾ, ਮਤਲਬ ਕਿ ਬੱਚਿਆਂ ਨੂੰ ਡਾਈਟ ਦਿੰਦੇ ਹਾਂ ਜੀ, ਹਫ਼ਤੇ ਦੇ ਵਿੱਚ 2 ਦਿਨ ਦਿੰਦੇ ਹਾਂ। ਤਕਰੀਬਨ ਸਾਡੇ ਹੁਣ ਉੱਧਰ ਗਰਾਊਂਡ ਹੈ ਜੀ ਵੀ 300-400 ਬੰਦਾ ਬੱਚਾ ਸ਼ਾਮ ਨੂੰ ਹੁੰਦਾ ਜੀ ਸਾਡੇ। ਦੋ ਗਰਾਊਂਡ ਹੈ ਜੀ। ਸਤਿ ਸ੍ਰੀ ਅਕਾਲ, ਮੈਂ ਸੁੱਖੀ ਮੰਗਾਣੀਆ, ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਦੇ ਸਕੂਲ ਵਿੱਚ ਪਹੁੰਚੇ ਹਾਂ। ਸਕੂਲ ਤਾਂ ਤੁਹਾਡੇ ਪਿੰਡ 'ਚ ਵੀ ਹੋਣਗੇ, ਗਰਾਊਂਡ ਤਾਂ ਤੁਹਾਡੇ ਪਿੰਡ 'ਚ ਵੀ ਹੋਣਗੇ, ਪਰ ਇਸ ਪਿੰਡ ਦੇ ਰਿਟਾਇਰਡ ਫੌਜੀ ਭਰਾ ਨੇ ਤੇ ਖੇਤੀਬਾੜੀ ਕਰਦੇ ਕਦੇ ਕਬੱਡੀ ਦੇ ਗਰਾਊਂਡ ਵਿੱਚ ਖੇਡਦੇ ਇਹਨਾਂ ਖਿਡਾਰੀ ਵੀਰਾਂ ਵੱਲੋਂ, ਪੁਲਿਸ 'ਚ ਕੰਮ ਕਰਦੇ ਪੁਲਿਸ ਦੀ ਨੌਕਰੀ ਕਰ ਰਹੇ ਭਰਾ ਵੱਲੋਂ ਰਲ ਮਿਲ ਕੇ ਇੱਕ ਟੀਮ ਗਠਿਤ ਕੀਤੀ ਗਈ ਤੇ ਮੰਡੀ ਕਲਾਂ ਦੇ ਗਰਾਊਂਡ ਦੇ ਵਿੱਚ ਅੱਜ ਛੋਟੇ ਛੋਟੇ ਬੱਚੇ ਤੇ ਉਹਨਾਂ ਦਾ ਬਚਪਨ ਤੇ ਉਹਨਾਂ ਦੀ ਜਵਾਨੀ ਅੱਜ ਗਰਾਊਂਡ ਦੇ ਵਿੱਚ ਸੁਪਨੇ ਸਿਰਜ ਰਹੀ ਹੈ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਉਹ ਟੀਮ ਮੈਂਬਰ ਨੇ ਜਿਹੜੇ ਇਸ ਗਰਾਊਂਡ ਨੂੰ ਲਗਾਤਾਰ ਚਲਾ ਰਹੇ ਨੇ, ਕਰਦੇ ਹਾਂ ਗੱਲਬਾਤ। ਬਾਈ ਜੀ ਕੀ ਨਾਮ ਤੁਹਾਡਾ? ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਜੀ ਤੇ ਕਿੱਥੇ ਦੀ ਗੱਲ ਕਰਾਂ ਜੀ, ਮੈਂ ਆਰਮੀ ਦੇ ਵਿੱਚੋਂ ਰਿਟਾਇਰ ਹਾਂ ਜੀ। ਹੁਣ ਮੈਂ ਐਜ ਏ ਐਥਲੈਟਿਕ ਕੋਚ ਆਪਣੇ ਗਰਲ ਸਕੂਲ ਤੇ ਬੋਆਏ ਸਕੂਲ ਦੋਨਾਂ ਵਿੱਚ ਜੀ, ਤੇ ਸ਼ਾਮ ਨੂੰ ਆਪਾਂ ਅਕੈਡਮੀ ਦੇ ਵਿੱਚ ਬੱਚਿਆਂ ਦੀ ਤਿਆਰੀ ਕਰਾਉਂਦੇ ਹਾਂ ਜੀ। ਕਿੰਨਾ ਚਿਰ ਪਹਿਲਾਂ ਆਰਮੀ 'ਚੋਂ ਰਿਟਾਇਰਮੈਂਟ ਹੋ ਕੇ ਆਏ ਹੋ ਤੇ ਇਹ ਜਿਹੜਾ ਗਰਾਊਂਡ ਦੇ ਵਿੱਚ ਉਪਰਾਲਾ ਕਰ ਰਹੇ ਹੋ, ਇਹਦੀ ਗੱਲਬਾਤ ਕਿਵੇਂ ਚੱਲੀ, ਕਿਵੇਂ ਇਹਦਾ ਜਿਹੜੀ ਸ਼ੁਰੂਆਤ ਹੋਈ? ਹਾਂਜੀ, ਮੈਨੂੰ 3 ਸਾਲ 2021 ਦੇ ਵਿੱਚ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਜੀ। ਮੇਰੇ ਤੋਂ 3 ਕੁ ਮਹੀਨੇ ਪਹਿਲਾਂ ਬਾਈ ਸੁਖਜਿੰਦਰ ਜੀ ਨੇ, ਜੋ ਆਪਣੇ ਪੰਜਾਬ ਪੁਲਿਸ ਦੇ ਵਿੱਚ ਨੇ, ਹੁਣ ਇਸ ਟਾਈਮ ਡਿਊਟੀ ਕਰ ਰਹੇ ਨੇ, ਅੱਜ ਉਹ ਕਿਸੇ ਕਾਰਨ ਡਿਊਟੀ ਦੇ ਕਾਰਨ ਉਹ ਲੇਟ ਹੋ ਗਏ, ਤੇ ਜਿਹੜਾ ਕਿ ਸਾਨੂੰ ਰੂਬਰੂ ਹੋਣ ਦਾ ਤੁਹਾਡੇ ਨਾਲ ਮੌਕਾ ਮਿਲਿਆ। ਹੋਰ ਜੀ, ਨਹੀਂ ਤਾਂ ਉਹੀ ਸਾਰਾ, ਮਤਲਬ ਕਿ ਜੋ ਵੀ ਕਰਤਾ ਧਰਤਾ ਨੇ ਉਹੀ ਨੇ, ਜੋ ਵੀ ਪੱਤਰਕਾਰ ਆਉਂਦੇ ਨੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਮਤਲਬ ਉਹੀ ਕਰਦੇ ਨੇ ਜੀ। ਅਸੀਂ ਤਾਂ ਜੀ ਮਤਲਬ ਉਹਨਾਂ ਦਾ ਸਾਥ ਦੇਣ ਵਾਲੇ ਬੰਦੇ ਨੇ ਜੀ। ਹਾਂਜੀ। ਬਾਈ ਕੀ ਨਾਮ ਤੁਹਾਡਾ?
ਗੁਰਸੇਖ ਸਿੰਘ ਰਮਾਣਾ ਜੀ। ਕੰਮ ਕਰ ਕੀ ਕਰਦੇ ਹੋ ਤੇ ਇਸ ਤੋਂ ਪਹਿਲਾਂ ਕੀ ਕਰਦੇ ਸੀ? ਪਹਿਲਾਂ ਮੈਂ ਕਬੱਡੀ ਖੇਡਿਆ ਜੀ 2003 ਤੀਕਰ ਜੀ। ਉਦੋਂ ਬਾਅਦ ਖੇਤੀ ਕਰੀ ਹੈ ਜੀ। ਖੇਤੀ ਤੋਂ ਬਾਅਦ ਜੀ ਹੁਣ ਇਹਨਾਂ ਨਾਲ ਆਪਾਂ ਤਕਰੀਬਨ 3 ਸਾਲ ਹੋ ਗਈ ਸਾਨੂੰ। ਹਾਰਡ ਵਰਕ ਅਕੈਡਮੀ ਜਿਹੜੀ ਅਸੀਂ ਚਲਾਈ ਆ ਬਾਈ ਜੀ ਨੇ ਜੀ। ਪਹਿਲਾਂ ਉਹ ਇਕੱਲੇ ਕੰਮ ਕਰਦੇ ਸੀ, ਹੁਣ ਅਸੀਂ ਉਹਨਾਂ ਦਾ ਸਾਥ ਦੇ ਕੇ ਜੀ ਅਸੀਂ ਸਾਰੇ ਚਲਾਉਂਦੇ ਰਲ ਮਿਲ ਕੇ ਜੀ। ਬਲਜਿੰਦਰ ਖਾਨ ਆ ਜੀ, ਇਹ ਗੁਰਮਿੰਦਰ ਸਿੰਘ ਫੌਜੀ ਆ ਜੀ, ਇੱਕ ਬਲਵੀਰ ਸਿੰਘ ਆ ਜੀ ਸਰਾਂ ਜੀ। ਅਸੀਂ 5 ਜਣੇ ਇਹ ਬੱਚਿਆਂ ਨੂੰ ਅਸੀਂ ਗਾਈਡ ਕਰਦੇ ਹਾਂ ਜੀ। ਅਤੇ ਬੱਚੇ ਬਾਕੀ ਸਾਡੇ ਪਿੰਡ ਦਾ ਵਧੀਆ ਸਹਿਯੋਗ ਆ ਜੀ ਇੱਥੇ ਮੰਡੀ ਗਲਾਂ ਦਾ ਜੀ, ਅਤੇ ਬੱਚਿਆਂ ਦਾ ਵੀ ਪੂਰਾ ਸਹਿਯੋਗ ਆ ਜੀ। 2003 ਵੇਲੇ ਨਹੀਂ ਜਦੋਂ ਉਦੋਂ ਗਰਾਊਂਡ ਦੀ ਗੱਲ ਕਰੀਏ ਅਤੇ ਅੱਜ ਕੁਛ ਲੱਗਦਾ ਵੀ ਬਹੁਤ ਕੁਛ ਬਦਲ ਗਿਆ? ਪੂਰੀ ਬਦਲ ਗਿਆ ਜੀ। ਉਦੋਂ ਕੋਈ ਨਸ਼ਾ ਹੀ ਨਹੀਂ ਹੁੰਦਾ ਸੀ, ਪਤਾ ਹੀ ਨਹੀਂ ਸੀ ਨਸ਼ੇ ਬਾਰੇ ਜੀ, ਅਤੇ ਨਾ ਹੀ ਨਸ਼ਾ ਅੱਜ ਤਾਈਂ ਕੀਤਾ ਜੀ। ਮੇਰੀ ਘੱਟੋ ਘੱਟ 48 ਸਾਲ ਦੀ ਉਮਰ ਹੋ ਗਈ ਜੀ, ਅੱਜ ਤਾਈਂ ਬੀੜੀ ਮੀਟ ਆਂਡਾ ਸ਼ਰਾਬ ਜੀ ਟੱਚ ਨਹੀਂ ਕੀਤਾ। ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਇਸ ਗਰਾਊਂਡ ਵਿੱਚ ਇਕੱਠੇ ਆ ਰਹੇ ਨੇ, ਬਹੁਤ ਵੱਡੀ ਗੱਲ ਹੈ ਇਹ ਕਿ ਤੁਹਾਡਾ ਪਿੰਡ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਤੁਸੀਂ ਇੱਕ ਅਜਿਹਾ ਮਾਹੌਲ ਸਿਰਜਤਾ ਵੀ ਜਿੱਥੇ ਮੁੰਡੇ ਕੁੜੀਆਂ ਇਕੱਠੇ ਗਰਾਊਂਡ ਦੀ ਤਿਆਰੀ ਕਰਦੇ ਨੇ। ਇਹ ਜੀ ਪਿੰਡ ਦਾ ਵੀ ਸਹਿਯੋਗ ਆ ਜੀ, ਬੱਚਿਆਂ ਦਾ ਵੀ ਸਾਡਾ ਸਹਿਯੋਗ ਆ ਜੀ, ਜਿਹੜੇ ਰਲ ਮਿਲ ਕੇ ਖੇਡਦੇ ਆ ਜੀ। ਕੋਈ ਕਿਤੇ ਇਹਨਾਂ ਨੇ ਹਰਕਤ ਨਹੀਂ ਕੀਤੀ ਜੀ, ਕਿ ਮੌਕੇ ਨਹੀਂ ਮਿਲਿਆ ਜੀ ਇਹ ਚੀਜ਼ਾਂ ਦਾ ਜੀ ਸਾਨੂੰ, ਅਤੇ ਵਧੀਆ ਗਰਾਊਂਡ ਨਾਲ ਜੁੜੇ ਹੋਏ, ਨਸ਼ੇ ਤੋਂ ਬਚੇ ਹੋਏ ਜੀ। ਸਾਡੀ ਤਾਂ ਇਹੀ ਬੇਨਤੀ ਹੈ ਵੀ ਪਿੰਡ ਪਿੰਡ ਹੋਣਾ ਚਾਹੀਦਾ ਜੀ। ਹਾਂ ਬਾਈ ਜੀ, ਕਿੰਨਾ ਚਿਰ ਹੋ ਗਿਆ ਇਹ ਕੰਮ ਸ਼ੁਰੂ ਹੋਈ ਨੂੰ, ਇਸ ਅਕੈਡਮੀ ਸ਼ੁਰੂ ਹੋਈ ਨੂੰ, ਤੇ ਕੀ ਲੱਗਦਾ ਵੀ ਇਹਦੀ ਕੋਈ ਆਉਟਪੁੱਟ ਆਉਣੀ ਸ਼ੁਰੂ ਹੋਈ ਆ ਹੁਣ? ਹਾਂਜੀ, ਇਹ ਜੀ 2021 ਦੇ ਵਿੱਚ 17 ਅਪ੍ਰੈਲ 2021 ਦੇ ਵਿੱਚ ਸਟਾਰਟ ਕੀਤਾ ਸੀ ਜੀ, ਤੇ ਤਕਰੀਬਨ ਮੈਂ ਜੁਲਾਈ ਦੇ ਵਿੱਚ ਮੈਂ ਨਾਲ ਜੁੜ ਗਿਆ ਸੀ ਜੀ। ਰਿਟਾਇਰ ਹੋਣ ਤੋਂ ਬਾਅਦ ਮੈਂ ਵੀ ਨਾਲ ਜੁੜ ਗਿਆ ਸੀ। ਹੁਣ ਇੱਥੋਂ ਤੱਕ ਗੱਲ ਕਰੀਏ ਜੀ ਆਉਟਪੁੱਟ ਦੀ ਗੱਲ ਕਰੀਏ ਤਾਂ ਆਪਣੇ ਬੱਚਿਆਂ ਨੇ ਇੱਥੋਂ ਸਟੇਟ ਦੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤੇ ਨੇ ਜੀ, ਤੇ ਉਹ ਕੇ ਸਿਲੈਕਟ ਹੋਇਆ ਨੈਸ਼ਨਲ ਲਈ ਜੀ। ਹਾਂਜੀ, ਆਉਟਪੁੱਟ ਬਹੁਤ ਵਧੀਆ ਜੀ ਬੱਚਿਆਂ ਨੇ। ਅਸੀਂ ਤਾਂ ਮੇਨ ਤਾਂ ਇਹੀ ਆ ਜੀ, ਮੁੰਡੇ ਕੁੜੀਆਂ ਇਕੱਠੇ ਆ ਜੀ, ਤਾਂ ਅਸੀਂ ਡਿਸਪਲਿਨ ਦੇ ਉੱਤੇ ਬਹੁਤ ਜ਼ੋਰ ਦਿੱਤਾ ਜੀ, ਕਿਉਂਕਿ ਜਿੱਥੇ ਡਿਸਪਲਿਨ ਨਹੀਂ ਹੈਗਾ, ਅਨੁਸ਼ਾਸਨ ਹੈ ਨਹੀਂ ਗਾ, ਤੇ ਉਹ ਜ਼ਿਆਦਾ ਦੇਰ ਨਹੀਂ ਚੱਲਦਾ ਕੰਮ ਜੀ। ਇਸ ਕਰਕੇ ਅਸੀਂ ਜ਼ਿਆਦਾ ਸਖਤਾਈ ਨਾਲ ਹੀ ਇਹਨਾਂ ਨਾਲ ਪੇਸ਼ ਆਉਂਦੇ ਜੀ। ਬੱਚੇ ਖੇਡ ਰਹੇ ਨੇ, ਜਿਹੜੇ ਆ ਪ੍ਰਬੰਧ ਤੁਸੀਂ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਲੋੜ ਹੈ ਪ੍ਰੈਕਟਿਸ ਵਾਸਤੇ, ਇਹਨਾਂ ਦੀ ਪੂਰਤੀ ਆਪਦੇ ਵੱਲੋਂ ਕੀਤੀ ਗਈ ਹੈ ਜਾਂ ਕੋਈ ਹੋਰ ਹੀਲਾ ਵਸੀਲਾ ਹੋਇਆ? ਇਹ ਤਾਂ ਜੀ ਕੁਛ ਨਾ ਕੁਛ ਪਤਵੰਤ ਸੱਜਣ ਆਪਣੇ ਪਿੰਡ ਵੱਲੋਂ ਵੀ ਦੇ ਜਾਂਦੇ ਜੀ। ਚੀਜ਼ਾਂ ਦੇ ਹੀਲੇ ਵਸੀਲੇ ਦੀ ਗੱਲ ਕਰੀਏ ਤਾਂ ਜੀ ਇਹ ਅਸੀਂ ਆਪਣੇ ਕੁਛ ਦਸਵੰਧ ਦੇ ਵਿੱਚੋਂ, ਕਿਉਂਕਿ ਮੈਂ ਵੀ ਰਿਟਾਇਰ ਹਾਂ ਜੀ, ਮੇਰੀ ਵੀ ਪੈਨਸ਼ਨ ਆਉਂਦੀ ਆ, ਬਾਈ ਪੰਜਾਬ ਪੁਲਿਸ ਦੇ ਵਿੱਚੋਂ ਨੇ, ਉਹ ਵੀ ਕੁਛ ਆਪਣਾ ਦਸਵੰਧ ਕੱਢ ਕੇ ਬਾਈ ਗੁਰਸੇਵ ਕਰਮਾਣਾ ਜੀ ਤੇ ਬਾਈ ਬਲਵੀਰ ਸਰਾਂ ਜੀ ਤੇ ਨਾਲ ਸਾਡੇ ਆਪਣਾ ਸੁਖਪਾਲ ਸਿੰਘ ਗੋਰਾ ਜੀ, ਅਸੀਂ 5 ਜਣੇ ਆ ਜੀ ਤੇ 1 ਬਲਜਿੰਦਰ ਖਾਨ ਜੀ। ਅਸੀਂ ਆਪਣੇ ਕੁਛ ਦਸਵੰਧ ਕੱਢ ਕੇ ਜੀ ਉਹਨਾਂ ਵਿੱਚੋਂ ਬੱਚਿਆਂ ਦਾ, ਮਤਲਬ ਕਿ ਬੱਚਿਆਂ ਨੂੰ ਡਾਇਟ ਦਿੰਦੇ ਹਾਂ ਜੀ, ਹਫ਼ਤੇ ਦੇ ਵਿੱਚ 2 ਦਿਨ ਦਿੰਦੇ ਹਾਂ, ਤੇ ਜੋ ਵੀ ਇਹ ਸਮਾਨ ਲੈ ਕੇ ਆਉਂਦੇ ਹਾਂ, ਟੁੱਟ ਭੱਜ ਜੋ ਵੀ ਹੁੰਦੀ ਆ ਹਡਲਸ ਵਗੈਰਾ ਦੀ, ਉਹ ਅਸੀਂ ਆਪਣੇ ਕੋਲੋਂ ਕਰਦੇ ਹਾਂ ਜੀ, ਤੇ ਬਾਕੀ ਪਿੰਡ ਵੱਲੋਂ ਵੀ ਸਹਿਯੋਗ ਆ ਜੀ, ਪਿੰਡ ਵਾਲੇ ਬੰਦੇ ਵੀ ਆਪਾਂ ਨੂੰ ਦੇ ਕੇ ਜਾਂਦੇ ਸਰ। ਬਹੁਤ ਖੂਬਸੂਰਤ ਗੱਲ ਹੈ ਇਹ, ਪਿੰਡ ਦਾ ਬਚਪਨ ਗਰਾਊਂਡ 'ਚ ਆ ਰਿਹਾ, ਪਿੰਡ ਦੀ ਨਵੀਂ ਜਵਾਨੀ ਗਰਾਊਂਡ ਵਿੱਚ ਆ ਰਹੀ ਹੈ। ਨਹੀਂ, ਗਰਾਊਂਡ ਪਿੰਡ 'ਚ ਹੈਗੇ ਨੇ ਪਰ ਗਰਾਊਂਡ ਖਾਲੀ ਨੇ। ਤੁਹਾਨੂੰ ਲੱਗਦਾ ਕਿ ਗਰਾਊਂਡ ਹੀ ਨਸ਼ੇ ਦਾ ਖਤਮ ਦਾ ਹੱਲ ਹੈ? ਸਾਨੂੰ ਤਾਂ ਜੀ ਇਹ 100% ਇਹੀ ਲੱਗਦਾ ਜੀ ਕਿ ਜਿਹੜੀਆਂ ਖੇਡਾਂ ਇਹੀ ਨਸ਼ੇ ਨੂੰ ਖਤਮ ਕਰ ਸਕਦੀ, ਕਿਉਂਕਿ ਇੱਕ ਤੁਹਾਨੂੰ ਪਤਾ ਹੈ ਜੀ ਮੋਬਾਈਲ ਦਾ ਬਹੁਤ ਜ਼ਿਆਦਾ ਦੌਰ ਚੱਲ ਪਿਆ, ਨਾਲੇ ਜੇ 2 ਘੰਟੇ ਬੱਚਾ ਗਰਾਊਂਡ 'ਚ ਆਊਗਾ ਤਾਂ ਉਹ 2 ਘੰਟੇ ਤਾਂ ਪਹਿਲਾਂ ਉਹੀ ਮੋਬਾਈਲਾਂ ਤੋਂ ਦੂਰ ਹੋ ਜਾਊਗਾ, ਤੇ ਜਦੋਂ ਇੱਥੋਂ ਬੱਚੇ ਜਾਂਦੇ ਆ ਪ੍ਰੈਕਟਿਸ ਕਰਕੇ ਜਾਂਦੇ ਆ, ਹਾਰਡ ਪ੍ਰੈਕਟਿਸ ਕਰਕੇ ਜਾਂਦੇ ਆ, ਉਹਨਾਂ ਨੂੰ ਮੋਬਾਈਲ ਦੇਖਣ ਦਾ ਟਾਈਮ ਹੀ ਨਹੀਂ ਮਿਲਦਾ, ਜਾ ਕੇ ਆਰਾਮ ਨਾਲ ਆਪਦੀ ਗੂੜੀ ਨੀਂਦ ਸੌਂਦੇ ਆ ਜੀ, ਤੇ ਨਸ਼ਿਆਂ ਪ੍ਰਤੀ ਤਾਂ ਮਤਲਬ ਕਿ ਇਹ ਸੋਚ ਹੀ ਨਹੀਂ ਸਕਦੇ ਜੀ। ਸਮੱਸਿਆਵਾਂ ਕੀ ਆਈਆਂ ਪਿੰਡਾਂ ਦੇ ਵਿੱਚ? ਇੱਕ ਆਮ ਸਮੱਸਿਆਵਾਂ ਨੇਗੀਆਂ, ਤੁਹਾਨੂੰ ਕੀ ਲੱਗਦਾ ਕਿ ਗਰਾਊਂਡ ਚਲਾਉਂਦੇ ਵਿੱਚ ਸਮੱਸਿਆਵਾਂ ਨੇ? ਸਾਨੂੰ ਆਹ ਚੀਜ਼ਾਂ ਚਾਹੀਦੀਆਂ ਨੇਗੀਆਂ, ਜਦੋਂ ਕੰਮ ਕਰਦੇ ਹੋ ਹੈ ਨਾ, ਗਰਾਊਂਡ 'ਚ ਬੱਚੇ ਆਉਂਦੇ ਨੇ, ਚੀਜ਼ਾਂ ਦੀ ਲੋੜਾਂ ਦੀ ਘਾਟ, ਚੀਜ਼ਾਂ ਦੀ ਘਾਟ ਪੈਂਦੀ ਹੈਗੀ, ਕਿਹੜੀਆਂ ਲੋੜਾਂ ਨੇ ਉਹ ਜਿਹੜੀਆਂ ਪੂਰੀਆਂ ਜਾ ਸਕਦੀਆਂ ਨੇ, ਜਾਂ ਕੋਈ ਲੱਗਦਾ ਵੀ ਆਹ ਚੀਜ਼ਾਂ ਦੀ ਘਾਟ ਜੇ ਪੂਰੀ ਹੋ ਜੇ ਤਾਂ ਅਸੀਂ ਇਹ ਪ੍ਰਾਪਤੀਆਂ ਕਰ ਸਕਦੇ ਹਾਂ? ਇਸ ਤਰ੍ਹਾਂ ਜੀ ਕੁਛ ਸਮੱਸਿਆ ਤਾਂ ਸਾਨੂੰ ਹੋਰ ਤਾਂ ਛੋਟੀਆਂ ਛੋਟੀਆਂ ਸਮੱਸਿਆਵਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਜੀ, ਜਿਵੇਂ ਕਿ ਬੱਚਿਆਂ ਦੇ ਕੋਲ ਕੁਛ ਕੁ ਗਰੀਬ ਪਰਿਵਾਰ ਦੇ ਬੱਚੇ ਆ, ਉਹਨਾਂ ਦੇ ਐਥਲੈਟਿਕ ਸੂਜ਼ ਸਪੈਕਸ ਵਗੈਰਾ ਕਿੱਟ ਵਗੈਰਾ, ਤੇ ਜਿਵੇਂ ਕਿ ਹੁਣ ਸਾਨੂੰ ਆਪਣੇ ਕੋਲ ਬੱਚੇ ਸਟੇਟ ਦੇ ਵਿੱਚੋਂ ਗੋਲਡ ਮੈਡਲ ਨੇ ਕੁੜੀਆਂ, ਸਾਡੇ ਕੋਲ ਹਾਈ ਜੰਪ ਵਾਲਾ ਗੱਦਾ ਹੈ ਨਹੀਂ ਗਾ ਜੀ, ਉਹ ਸਿੱਧਾ ਹੁਣ ਅਸੀਂ ਮਿੱਟੀ 'ਤੇ ਕਰਾਉਂਦੇ ਹਾਂ, ਹੁਣ ਜਦੋਂ ਬੱਚਾ 4 ਫੁੱਟ ਤੋਂ ਉੱਪਰ ਜਾ ਕੇ ਡਿੱਗਦਾ ਤੇ ਸੱਟ ਦਾ ਜ਼ਿਆਦਾ ਮਤਲਬ ਕਿ ਖਤਰਾ, ਇਹ ਸਮੱਸਿਆਵਾਂ ਆ ਰਹੀਆਂ ਜੀ ਸਾਨੂੰ।
ਬਾਈ ਜੀ ਕਬੱਡੀ ਖੇਡਦੇ ਰਹੇ ਹੋ, ਕਬੱਡੀ ਦੀ ਗਰਾਊਂਡ ਵੱਲ ਜਾ ਰਹੇ ਹੋ ਜਾਂ ਕੋਈ ਹੋਰ ਤਰੀਕਾ? ਤੁਸੀਂ ਆਪ ਇੱਕ ਬੰਦੇ ਰੀਝ ਜੀ ਹੁੰਦੀ ਹੈ, ਕਹਿੰਦੇ ਜਦੋਂ ਬੰਦਾ ਜਿਹੜੇ ਕੰਮ ਆਪ ਕਰਦਾ ਰਿਹਾ ਕਰੇ ਨਾ, ਉਹਨੂੰ ਲੱਗਦਾ ਹੁੰਦਾ ਵੀ ਅਸੀਂ ਜਿਹੜੀ ਚੀਜ਼ ਨਹੀਂ ਕਰ ਸਕੇ ਸਾਡੇ ਬੱਚੇ ਕਰਨ, ਸਾਡੇ ਪਿੰਡ ਦੇ ਬੱਚੇ ਕਰਨ, ਕੀ ਸੋਚਦੇ ਹੋ? ਇਹ ਤਾਂ ਹੁੰਦੀ ਹੈ ਜੀ ਕਈ ਵਾਰੀ, ਹੁਣ ਜਿਹੜੇ ਤਕੜੇ ਖਿਡਾਰੀ ਆਪਦੇ ਪਿੰਡ ਮਤਲਬ ਪੈਦਾ ਨਹੀਂ ਕਰਦੇ ਜੀ ਖਿਡਾਰੀ, ਜੇ ਆਪਾਂ ਛੋਟਿਆਂ ਨੂੰ ਖਿਡਾਰੀਆਂ ਨੂੰ ਪੈਦਾ ਕਰਾਂਗੇ ਫਿਰ ਹੀ ਉੱਥੇ ਖਿਡਾਰੀ ਪੈਦਾ ਹੋਣਗੇ ਜੀ। ਤੇ ਜੇ ਆਪਾਂ ਉੱਥੇ ਕੋਈ ਜੇ ਆਪਾਂ ਫਾਕੀ ਨਾ ਲਾਵਾਂਗੇ ਜੀ ਝੋਨਾ ਕਿੱਥੋਂ? ਇਹ ਚੀਜ਼ਾਂ ਦੇਖਣ ਵਾਲੀਆਂ ਜੀ। ਜੇ ਆਪਾਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਜੀ 8 ਸਾਲ ਦੇ 10 ਸਾਲ ਦੇ ਸਾਡੇ ਕੋਲ ਆਉਂਦੇ ਆ ਜੀ, ਨਾਲੇ ਤਾਂ ਉਹਨਾਂ ਦਾ ਜਿਹੜਾ ਇੱਕ ਮੈਂਡ ਹੁੰਦਾ ਜੀ ਇਹ ਆਪਣਾ ਮਤਲਬ ਇੱਕ ਹਰ ਇੱਕ ਬੰਦੇ ਨੂੰ ਇੱਕ ਨਸ਼ਾ ਚਾਹੀਦਾ ਜੀ। ਕਿਸੇ ਸੱਥ ਦਾ ਲਾ ਲਓ, ਕਿਸੇ ਤਾਸ ਦਾ ਲਾ ਲਓ, ਕਿਸੇ ਨੂੰ ਲੀਡਰੀ ਦਾ ਲਾ ਲਓ, ਇਹ ਨਸ਼ੀ ਹੈ ਜੀ। ਫਿਰ ਅਸੀਂ ਕਿਉਂ ਨਾ ਜੀ ਆਪਦੇ ਬੱਚਿਆਂ ਨੂੰ ਗਰਾਊਂਡ ਵੱਲ ਜੋੜ ਦਈਏ ਪਹਿਲੀ, ਨਾਲੇ ਫਿਜੀਕਲ ਫਿੱਟ ਤੇ ਨਾਲੇ ਨਸ਼ਾ ਤੋਂ ਬਚਦੇ। ਜਿੰਨੀ ਉਮੀਦ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਤੁਸੀਂ ਗਰਾਊਂਡ ਸ਼ੁਰੂ ਕੀਤਾ ਚਲਾਉਣਾ, ਮੈਂ ਅਕਸਰ ਕਹਿਣਾ ਹੁੰਦਾ ਕਿ ਜਿੰਨਾ ਚਿਰ ਪਿੰਡਾਂ ਦੇ ਗਰਾਊਂਡ ਨਹੀਂ ਚੱਲਦੇ ਉਹਨਾਂ ਚਿਰ ਨਸ਼ਾ ਦਾ ਖਤਮ ਹੋ ਨਹੀਂ ਸਕਦਾ, ਭੁੱਲ ਜਾਓ। ਠੀਕ ਹੈ ਨਾ, ਕਿਉਂਕਿ ਏਸੀ ਪਨੀਰੀ ਨੇ ਸਾਹਮਣਾ ਪਿੰਡ ਨੂੰ। ਜਿੰਨੀ ਉਮੀਦ ਲਾਈ ਸੀ ਪਿੰਡ ਤੋਂ, ਉਨੇ ਬੱਚੇ ਆਉਣੇ ਸ਼ੁਰੂ ਹੋ ਗਏ ਨੇ ਜਾਂ ਅਜੇ ਵੀ ਨੌਜਵਾਨ ਪੀੜ੍ਹੀ ਘਰਾਂ 'ਚ ਬੈਠੀ ਹੈ, ਉਹ ਪਿੰਡ ਦਾ ਬਚਪਨ ਘਰਾਂ 'ਚ ਬੈਠਾ? ਤਕਰੀਬਨ ਸਾਡੇ ਹੁਣ ਉੱਧਰ ਗਰਾਊਂਡ ਆ ਜੀ ਵੀ 300-400 ਬੰਦਾ ਬੱਚਾ ਸ਼ਾਮ ਨੂੰ ਹੁੰਦਾ ਜੀ ਸਾਡੇ। ਦੋ ਗਰਾਊਂਡ ਆ ਜੀ, ਮਤਲਬ ਇੱਧਰ ਅਸੀਂ ਅਕੈਡਮੀ ਤੌਰ ਤੇ, ਉੱਧਰ ਬਾਹਰ ਸਾਡੇ ਗਰਾਊਂਡ ਬਣਿਆ ਹੋਇਆ ਜਿਹੜਾ ਟਰੈਕ ਆ ਜੀ 400 ਮੀਟਰ ਦਾ, ਉੱਧਰ ਫੁੱਟਬਾਲ ਅੱਡੋ ਅੱਡ ਗੇਮਾਂ ਚੱਲਦੀਆਂ ਜੀ, ਵੀ 300-400 ਬੱਚਾ ਸਾਡੇ ਮੰਡੀ ਕਲਾਂ ਗਰਾਊਂਡ 'ਚ ਆਉਂਦਾ ਜੀ। ਇਹ ਇੱਕੋ ਹੀ ਚੀਜ਼ ਆ ਜੀ ਨਸ਼ੇ ਦਾ ਲੱਕ ਜਿਹੜਾ ਆਪਾਂ ਤੋੜ ਸਕਦੇ ਹਾਂ ਵੀ ਗਰਾਊਂਡਾਂ ਨਾਲ ਹੀ। ਜੇ ਹੁਣ ਮਤਲਬ ਵੀ ਕਿਸੇ ਦਾ ਜਵਾਕ ਨਸ਼ੇ ਤੇ ਪੈ ਗਿਆ ਤਾਂ ਮਤਲਬ ਆਪਾਂ ਵੀ ਉਹਨੂੰ ਜ਼ਿਆਦਾ ਕੁੱਟ ਕੇ ਵੀ ਨਹੀਂ ਕੁਛ ਕਰ ਸਕਦੇ, ਕੱਲ ਨੂੰ ਖਾ ਜੂਗਾ ਫਿਰ ਵੀ ਔਖਾ ਹੋ ਜਾਂਦਾ, ਤਾਂ ਉਹ ਨਸ਼ੇ ਦਾ ਆਪਾਂ ਲੱਕ ਤਾਂ ਹੀ ਤੋੜ ਸਕਦੇ ਹਾਂ ਜੇ ਆਪਾਂ ਸਾਰੇ ਉਪਰਾਲਾ ਕਰੀਏ ਜੀ, ਇਹਨਾਂ ਨੂੰ ਗਰਾਊਂਡ ਵੱਲ ਜੋੜੀਏ ਪਿੰਡ ਪਿੰਡ, ਫਿਰ ਨਸ਼ੇ ਦਾ ਲੱਕ ਟੁੱਟ ਜੂਗਾ। ਤੇ ਊ ਨੀ ਜਿਵੇਂ ਆਪਾਂ ਬੱਚਾ ਘੂਰ ਲਈ ਘੂਰ ਕੇ ਨਹੀਂ ਲੋਟ ਆਉਣਾ ਜੀ ਕੰਮ, ਬੱਚਾ ਕੁਛ ਖਾ ਜਾਂਦਾ ਕਿਉਂ ਉਹ ਪਹਿਲੀ ਮਤਲਬ ਨਸ਼ੇ ਦੇ ਚੱਕਰ ਚ ਫਸਿਆ ਹੁੰਦਾ ਹੈਗਾ ਜੀ। ਇਹ ਚੀਜ਼ਾਂ ਜੀ ਬਾਈ ਜੀ, ਫੌਜ ਚ ਰਿਟਾਇਰ ਹੋ ਕੇ ਆਏ ਹੋ, ਬੱਚੇ ਤੁਸੀਂ ਵੀ ਕਦੇ ਸੁਪਨੇ ਸਿਰਜੇ ਹੋਣਗੇ ਚੜ੍ਹਦੀ ਜਵਾਨੀ ਵੇਲੇ, ਹੈ ਨਾ ਵੀ ਯਾਰ ਫੌਜ ਚ ਭਰਤੀ ਹੋਣਾ? ਹਾਂਜੀ ਹਾਂ। ਕੀ ਕਹਿੰਦੇ ਨੇ ਜਵਾਨ ਮੁੰਡੇ ਕੁੜੀਆਂ? ਜਵਾਨ ਮੁੰਡੇ ਕੁੜੀਆਂ ਇਹੀ ਕਹਿ ਰਹੇ ਜੀ ਬੱਚੇ, ਅਸੀਂ ਆਰਮੀ ਦੇ ਵਿੱਚ ਭਰਤੀ ਹੋਣਾ ਜੀ, ਅਸੀਂ ਤਕੜੇ ਅਥਲੀਟ ਬਣਨਾ, ਜਿਵੇਂ ਹਿਮਾ ਦਾਸ ਆ ਜੀ ਕੁੜੀਆਂ ਕਹਿੰਦੀਆਂ ਸੀ ਹਿਮਾ ਦਾਸ ਵਾਂਗੂ ਭੱਜਿਆ ਕਰਨਾ, ਪੀਟੀ ਊਸ਼ਾ ਵਾਂਗੂ ਭੱਜਿਆ ਕਰਨਾ ਜੀ। ਤੇ ਮੁੰਡੇ ਕਹਿੰਦੇ ਵੀ ਅਸੀਂ ਤਕੜੇ ਮਤਲਬ ਕਿ ਜੈਵਲਿਨ ਥਰੋ ਦੇ ਜਿਵੇਂ ਨੀਰਜ ਚੋਪੜਾ ਨੇ, ਅਸੀਂ ਜੈਵਲਿਨ ਥਰੋ ਅਥਲੈਟਿਕਸ ਪੂਰੇ ਕਰਵਾ ਰਹੇ ਜੀ ਅਸੀਂ। ਹਰ ਇੱਕ ਬੱਚਿਆਂ ਦੇ ਅਲੱਗ ਅਲੱਗ ਸੁਪਨੇ ਹੁੰਦੇ ਆ ਜੀ, ਤੁਹਾਨੂੰ ਪਤਾ ਹੀ ਆ ਜੀ, ਹਰ ਇੱਕ ਬੱਚਾ ਕਹਿੰਦਾ ਮੈਂ ਫੌਜ ਦੇ ਵਿੱਚ ਜਾਣਾ, ਮੈਂ ਨੇਵੀ ਦੇ ਵਿੱਚ ਜਾਣਾ ਜੀ, ਸਮੁੰਦਰੀ ਸੈਨਾ ਦੇ ਵਿੱਚ, ਤੇ ਕੋਈ ਬੱਚਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਕੜਾ ਅਥਲੀਟ ਬਣਨਾ ਜੀ। ਤੁਸੀਂ ਗਰੁੱਪ ਬਣਾ ਕੇ ਇੱਕ ਕੰਮ ਕਰ ਰਹੇ ਹੋ, ਹਾਂਜੀ, ਕਦੇ ਬੇਸ਼ੱਕ ਉਹ ਅੱਜ ਵੀ ਹੈਗੇ ਨੇ, ਹਾਂਜੀ, ਪਰ ਅੱਜ ਕਿਤੇ ਨਾ ਕਿਤੇ ਉਹ ਕਲੱਬ, ਹਾਂਜੀ, ਕੋਈ ਖਰਚੇ ਵੱਡੇ ਹੋ ਗਏ ਅੱਜ ਕੱਲ, ਹਾਂਜੀ, ਇੱਕ ਕਲੱਬਾਂ ਦਾ ਸਮਾਂ ਸੀ ਜਦੋਂ ਕਲੱਬ ਵੱਡੇ ਪੱਧਰੇ ਕਾਰਜ ਕਰਦੇ ਸੀਗੇ, ਅੱਜ ਬਹੁਤ ਸਾਰੇ ਲੋਕ ਜਿਹੜੇ ਕੰਮ ਕਰ ਰਹੇ ਉਹ ਟੀਮ ਵਰਕ ਕਰ ਰਹੇ ਨੇ, ਥੋੜੇ ਥੋੜੇ 5-5, 7-7, 10-10 ਜਣਿਆਂ ਦੇ ਗਰੁੱਪ, ਹਾਂਜੀ। ਇਸ ਬਦਲਦੇ ਰੁਝਾਨ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਜੀ ਕਲੱਬ ਤਾਂ ਉਹ ਤੁਹਾਨੂੰ ਪਤਾ ਹੀ ਹੈ ਜੀ, ਕਲੱਬ ਤਾਂ ਇਸੇ ਕਰਕੇ ਪਹਿਲਾਂ ਜਾਂ ਜਿਵੇਂ ਕਹਿ ਦਈਏ ਸਾਡੇ ਪਿੰਡ ਦੇ ਵਿੱਚ ਵੀ ਕਈ ਕਲੱਬ ਸੀਗੇ ਜੀ, ਉਹ ਕਈ ਤਾਂ ਹੁਣ ਆਪਾਂ ਕਹਿ ਦਈਏ ਅਗਲਾ ਕਹਿੰਦਾ ਟੁੱਟਦੇ ਵੀ ਹੈ ਜੀ ਉਹ ਤਾਂ, ਅਸੀਂ ਇਸ ਕਰਕੇ ਜ਼ਿਆਦਾਤਰ ਅਸੀਂ ਜ਼ਿਆਦਾ ਵੱਧ ਆਪਣੀ ਟੀਮ ਦੇ ਬੰਦੇ ਵਧਾਈ ਨਹੀਂ, ਨਾ ਹੀ ਅਸੀਂ ਮਤਲਬ ਕਿ ਕਿਸੇ ਤੋਂ ਕਹਿ ਕੇ ਵੀ ਸਾਨੂੰ ਆਹ ਚੀਜ਼ ਦਿਓ, ਮੰਗ ਕੇ ਕਿਸੇ ਤੋਂ ਚੀਜ਼ ਨਹੀਂ ਲੈਂਦੇ। ਜੋ ਕੋਈ ਸ਼ਰਧਾ ਅਨੁਸਾਰ ਪਿੰਡ ਦਾ ਵੀ ਬੰਦੇ ਬਹੁਤ ਆਉਂਦੇ ਆ, ਆਪਣੀ ਸ਼ਰਧਾ ਅਨੁਸਾਰ ਜੋ ਵੀ ਦੇ ਕੇ ਆਉਂਦੇ ਆ ਉਹਨਾਂ ਨੂੰ ਪੂਰਾ ਹਿਸਾਬ ਕਿਤਾਬ ਦਿੱਤਾ ਜਾਂਦਾ ਜੀ, ਵੀ ਹਾਂਜੀ ਬੱਚਿਆਂ ਲਈ ਆਹ ਚੀਜ਼ ਲਿਆਂਦੀ ਆ, ਆਹ ਚੀਜ਼ ਉਹਨਾਂ ਦੀ ਬਣਾਈ ਹੈ, ਇਸੇ ਕਰਕੇ ਅਸੀਂ ਮਤਲਬ ਕਿ ਕਾਮਯਾਬ ਹਾਂ ਜੀ। ਗਰਾਊਂਡ 'ਚ ਆਉਂਦੇ ਹੋ, ਹਾਂਜੀ, ਉਮੀਦ ਕੀ ਹੈ, ਸੁਪਨਾ ਕੀ ਹੈ, ਇਹਨਾਂ ਬੱਚਿਆਂ ਨੂੰ ਦੇਖ ਕੇ ਕੀ ਲੱਗਦਾ, ਕਰਨਾ ਕੀ ਚਾਹੁੰਦੇ ਹੋ? ਕਰਨਾ ਤਾਂ ਜੀ ਮੇਰਾ ਸੁਪਨਾ ਇਹੀ ਸੀਗਾ ਜੀ, ਜਦੋਂ ਵੀ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਤੇ ਮੈਂ ਜਾ ਕੇ ਬੱਚਿਆਂ ਨੂੰ ਤਕੜੇ ਅਥਲੀਟ ਬਣਾਉਂਗਾ, ਮਤਲਬ ਕਿ ਬੱਚਿਆਂ ਨੂੰ ਤਕੜੇ ਪਲੇਅਰ ਬਣਾਵਾਂਗਾ, ਤੇ ਉਹ ਸਾਡਾ ਸੁਪਨਾ ਮਤਲਬ ਕਿ ਸਿਰਜਦਾ ਮਤਲਬ ਕਿ ਨਜ਼ਰ ਆ ਰਿਹਾ ਜੀ ਸਾਨੂੰ, ਬੱਚੇ ਮਤਲਬ ਕਿ ਅੱਗੇ ਵੱਧ ਰਹੇ ਜੀ ਬਹੁਤ ਵਧੀਆ। ਤੁਸੀਂ ਸੁਣਿਆ ਹਾਰਡ ਵਰਕ ਇਨਸਪੀਰੇਸ਼ਨ ਜਿਹੜੀ ਟੀਮ ਬਣੀ ਹੈ ਮੰਡੀ ਕਲਾਂ ਦੇ ਵਿੱਚ ਉਹਦੇ ਮੈਂਬਰਾਂ ਨੂੰ, ਜੇ ਤੁਹਾਡੇ ਪਿੰਡ ਵਿੱਚ ਗਰਾਊਂਡ ਨੇ ਤੇ ਉਹ ਗਰਾਊਂਡ ਖਾਲੀ ਪਏ ਨੇ ਤਾਂ ਤੁਹਾਡੇ ਪਿੰਡਾਂ ਨੂੰ ਸੋਚਣ ਦੀ ਲੋੜ ਹੈ। ਜੇ ਤੁਹਾਡੇ ਪਿੰਡ ਦਾ ਬਚਪਨ, ਜੇ ਤੁਹਾਡੇ ਪਿੰਡ ਦੀ ਜਵਾਨੀ
ਉਹਨਾਂ ਗਰਾਊਂਡਾਂ 'ਚ ਨਹੀਂ ਆ ਰਹੀ ਤਾਂ ਕਿਤੇ ਉਹ ਸਮਾਂ ਬਤੀਤ ਕਰ ਰਹੀ ਹੈ। ਉਹ ਸਮਾਂ ਸਾਨੂੰ ਦੇਖਣਾ ਪਊਗਾ ਕਿ ਪਿੰਡ ਦੇ ਨੌਜਵਾਨ ਪੀੜ੍ਹੀ ਕਰ ਕੀ ਰਹੀ ਹੈ। ਹਰੇਕ ਪਿੰਡ 'ਚ ਗਰਾਊਂਡ ਹੁੰਦੇ ਨੇ, ਉਹਨਾਂ ਗਰਾਊਂਡਾਂ ਵੱਲ ਝਾਤੀ ਮਾਰਨ ਦੀ ਲੋੜ ਹੈ, ਸਾਨੂੰ ਇਹ ਗਰਾਊਂਡ ਚਲਾਉਣ ਦੀ ਲੋੜ ਹੈ। ਸਮੇਂ ਦੀਆਂ ਹੁਕਮਰਾਨ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਢੀਂਗਾਂ ਮਾਰਦੀਆਂ ਨੇ, ਉਹਨਾਂ ਨੂੰ ਇਹਨਾਂ ਗਰਾਊਂਡਾਂ ਨੂੰ ਕੋਚ ਦੇਣ ਦੀ ਲੋੜ ਹੈ ਤਾਂ ਕਿ ਇਹ ਗਰਾਊਂਡ ਲਗਾਤਾਰ ਚੱਲਣ। ਜੇ ਮੰਡੀ ਕਲਾਂ ਦੇ ਬੱਚੇ ਗੋਲਡ ਮੈਡਲ ਹੋ ਕੇ ਪ੍ਰਾਪਤੀਆਂ ਕਰ ਸਕਦੇ ਨੇ ਤਾਂ ਪਿੰਡਾਂ ਦੇ ਵਿੱਚੋਂ ਹੋਰ ਬੱਚੇ ਵੀ ਇਹ ਪ੍ਰਾਪਤੀਆਂ ਕਰ ਸਕਦੇ ਨੇ। ਜੁੜੇ ਰਹੋ ਸਿਰਲੇਖ ਦੇ ਨਾਲ।